ਜੈ ਸਾਈ ਜੀ ਦੀ, ਰੱਬ ਇੱਕ ਜੈ ਸਾਈ ਜੀ 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰੋ, ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ। ਬਾਬਾ ਜੀ, ਸੰਤਾਂ ਗੁਰੂਆਂ ਰਹਿਬਰਾਂ ਦੇ ਵਚਨ, ਉਹਨਾਂ ਦੇ ਬੋਲੇ ਹੋਏ ਬਾਣੀਆਂ ਉਹਨਾਂ ਦੀਆਂ ਇਨਸਾਨ ਦੀ ਜ਼ਿੰਦਗੀ ਨੂੰ ਕਿਨਾਰੇ ਤੋਂ ਪਾਰ ਕਰ ਸਕਦੀਆਂ। ਬਾਬਾ ਜੀ ਜ਼ਰਾ ਗੌਰ ਕਰਨਾ, ਮੈਂ ਕਿਨਾਰੇ ਤੋਂ ਪਾਰ ਕਿਉਂ ਕਿਹਾ? ਕਿਉਂਕਿ ਕਿਨਾਰੇ ਤੱਕ ਜੇ ਪਹੁੰਚ, ਕਹਿੰਦੇ ਕਈ ਵਾਰੀ ਕੀ ਹੁੰਦਾ, ਕਿਨਾਰੇ 'ਤੇ ਆ ਕੇ ਡੁੱਬ ਜਾਂਦਾ। ਪਰ ਇਹ ਗੁਰੂ ਰਹਿਬਰ ਮਹਾਤਮਾ ਸੰਤ ਸਾਈਂ ਇਹਨਾਂ ਦੀਆਂ ਜੇ ਵਚਨ ਆਪਾਂ ਸੁਣੀਏ, ਜੋ ਇਹਨਾਂ ਦੀਆਂ ਬਾਤਾਂ ਹੈ ਉਹ ਸੁਣੀਏ, ਤਾਂ ਇਨਸਾਨ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਕੇ ਪਾਰ ਲੰਘ ਸਕਦਾ ਹੈ। ਔਰ ਗਰੀਬੀ ਇੱਕ ਐਸੀ ਚੀਜ਼ ਹੈ ਵੀ ਜੇ ਆਵੇ ਤਾਂ ਚਲੇ ਜਾਵੇ ਤਾਂ ਠੀਕ, ਜੇ ਕਿਤੇ ਕਿਸੇ ਨਾਲ ਯਾਰੀ ਪਾ ਕੇ ਬਹਿ ਜਾਵੇ ਨਾ ਤਾਂ ਬੜਾ ਔਖਾ ਹੋ ਜਾਂਦਾ ਹੈ। ਬਾਬਾ ਜੀ, ਇਹੀ ਸਵਾਲ ਮਹਾਤਮਾ ਬੁੱਧ ਸਾਹਿਬ ਤੋਂ ਉਹਨਾਂ ਦੇ ਇੱਕ ਸ਼ਿਸ਼ਯ ਨੇ ਪੁੱਛਿਆ, ਚੇਲੇ ਨੇ ਪੁੱਛਿਆ। ਜ਼ਰਾ ਗੌਰ ਕਰਨਾ, ਸਾਈਂ ਲੋਕ ਫਰਮਾਉਂਦੇ ਕਿ ਮਹਾਤਮਾ ਬੁੱਧ ਸਾਹਿਬ ਨਾ ਇੱਕ ਵਾਰੀ ਸਾਰੇ ਸ਼ਿਸ਼ਯ ਬੈਠੇ ਉਹਨਾਂ ਦੇ, ਉਹਨਾਂ ਕੋਲ ਚੇਲੇ, ਤਾਂ ਉਹ ਸਤਸੰਗ ਕਰ ਰਹੇ ਆ, ਉਪਦੇਸ਼ ਕਰ ਰਹੇ ਆ, ਤਾਂ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ, ਕਹਿੰਦਾ ਮਹਾਰਾਜ ਕਿ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਤਾਂ ਉਹਨਾਂ ਨੇ ਕਿਹਾ ਵੀ ਪੁੱਛ, ਕੀ ਸਵਾਲ ਹੈ? ਤਾਂ ਉਸ ਵਕਤ ਉਸ ਸ਼ਿਸ਼ਯ ਨੇ ਕਿਹਾ ਕਿ ਮਹਾਰਾਜ ਮੇਰਾ ਇੱਕ ਸਵਾਲ ਹੈ ਕਿ ਆਖਿਰ ਗਰੀਬੀ ਕਿਉਂ ਆਉਂਦੀ ਹੈ, ਔਰ ਕੁਛ ਲੋਕ ਜਿਹੜੇ ਹੈ ਉਹ ਗਰੀਬ ਹੀ ਕਿਉਂ ਰਹਿ ਜਾਂਦੇ ਹੈ? ਕਿਉਂਕਿ ਗਰੀਬੀ ਇੱਕ ਐਸੀ ਚੀਜ਼ ਹੈ, ਇਨਸਾਨ ਬੇਬਸ ਮਹਿਸੂਸ ਕਰਦਾ ਹੈ ਉਦੋਂ। ਅਤੇ ਮੇਰੇ ਇਹ ਸਵਾਲ ਹੈ, ਜ਼ਰੂਰ ਕਿਰਪਾ ਕਰਕੇ ਦੱਸੋ। ਤਾਂ ਉਸ ਵਕਤ ਕਹਿੰਦੇ ਆ ਕਿ ਮਹਾਤਮਾ ਬੁੱਧ ਸਾਹਿਬ ਪਹਿਲਾਂ ਉਹਦੇ ਵੱਲ ਦੇਖਿਆ ਔਰ ਕਿਹਾ ਕਿ ਤੂੰ ਸਾਰੀ ਸੰਸਾਰ ਵਾਸਤੇ, ਸਾਰੇ ਸੰਸਾਰ ਵਾਸਤੇ ਇਹ ਜਿਹੜਾ ਸਵਾਲ ਜਿਹੜਾ ਹੈ ਤੇਰਾ, ਇਹ ਤੁਸੀਂ ਪੁੱਛਿਆ ਹੈ ਅਤੇ ਮੈਂ ਤੁਹਾਨੂੰ ਇਹਦਾ ਜਵਾਬ ਵੀ ਜ਼ਰੂਰ ਦੇਵਾਂਗਾ। ਪਰ ਇਹਦੇ ਲਈ ਤੁਹਾਨੂੰ ਇੱਕ ਅਦਭੁਤ ਕਹਾਣੀ ਜੋ ਮੈਂ ਸੁਣਾਉਣ ਜਾ ਰਿਹਾ ਉਹ ਸੁਣਨੀ ਪੈਣੀ ਹੈ। ਜ਼ਰਾ ਗੌਰ ਕਰਨਾ, ਇਹ ਮਹਾਤਮਾ ਬੁੱਧ ਸਾਹਿਬ ਨੇ ਆਪਣੇ ਚੇਲਿਆਂ ਨੂੰ ਸੁਣਾਈ, ਸ਼ਿਸ਼ਿਆਂ ਨੂੰ ਸੁਣਾਈ, ਜਿਨ੍ਹਾਂ ਨੇ ਸਵਾਲ ਪੁੱਛਿਆ ਸੀ। ਹੁਣ ਇਸ 'ਤੇ ਗੌਰ ਕਿਉਂ ਕਰਨਾ? ਕਿਉਂਕਿ ਇਹ ਇੱਕ ਸੰਤਾਂ ਮਹਾਤਮਾ ਦੇ ਬੋਲੇ ਹੋਏ ਬਚਨ ਹੈ। ਕੋਈ ਐਵੇਂ ਇਨਸਾਨ ਨੇ ਨਹੀਂ ਬੋਲੇ ਵੀ ਜਿਹੜੇ ਪੂਰੇ ਪਤਾ ਨਹੀਂ ਹੋਣੇ, ਪਰ ਸੰਤਾਂ ਮਹਾਤਮਾਵਾਂ ਦੀ ਗੱਲ, ਇਸ ਲਈ ਜ਼ਰਾ ਗੌਰ ਨਾਲ। ਬਾਬਾ ਜੀ ਉਹਨਾਂ ਨੇ ਫਿਰ ਸੁਣਾਈ, ਜਦੋਂ ਗੱਲ ਸ਼ੁਰੂ ਕੀਤੀ ਉਹ ਕਹਿਣ ਲੱਗੇ ਕਿ ਇੱਕ ਪਿੰਡ ਸੀ, ਗਾਉਂ ਸੀ, ਉਹਦੇ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਅਤੇ ਉਸ ਬ੍ਰਾਹਮਣ ਦੇ ਜਿੱਦਾਂ ਨਾ ਅੱਗੇ ਕਾਫੀ ਵੱਡਾ ਜਿੱਦਾਂ ਖਾਲੀ ਜਗ੍ਹਾ ਕਹਿ ਦਿੰਦੇ ਆ ਘਰ 'ਚ, ਉੱਥੇ ਪਿੱਪਲ ਸੀ। ਉਸ ਪਿੱਪਲ ਦੇ ਕਹਿੰਦੇ ਆ ਕਿ ਉੱਪਰ ਮੋਰ ਔਰ ਮੋਰਨੀ ਦਾ ਜੋੜਾ ਇੱਕ ਰਹਿੰਦਾ ਸੀ। ਅਤੇ ਉਹ ਮੋਰ ਮੋਰਨੀ ਕਿਹਾ ਜਾਂਦਾ ਕਿ ਬੜੇ ਹੀ ਸਮਝਦਾਰ, ਐਸੇ ਮੋਰ ਮੋਰਨੀ ਹੋਰ ਕਿਤੇ ਦੇਖੇ ਨਹੀਂ ਗਏ ਸੀ, ਉਸ ਵਕਤ ਦੀ ਗੱਲ ਹੈ। ਤਾਂ ਜਿਹੜਾ ਬ੍ਰਾਹਮਣ ਸੀ ਉਹ ਵਿਚਾਰਾ ਗਰੀਬ ਸੀ ਔਰ ਇੱਦਾਂ ਹੀ ਉਹਦੀ ਜ਼ਿੰਦਗੀ ਬਤੀਤ ਹੋ ਰਹੀ ਸੀ। ਹੁਣ ਉਹ ਬ੍ਰਾਹਮਣ ਕੋਲ ਇੰਨਾ ਜ਼ਿਆਦਾ ਧਨ ਨਹੀਂ ਸੀ ਕਿ ਉਹ ਸਾਰਿਆਂ ਦਾ ਖਿਆਲ ਰੱਖ ਪਾਉਂਦਾ, ਕਿ ਜਿੱਦਾਂ ਪਰਿਵਾਰ ਦਾ ਵੀ ਉਹਨੇ ਜਿੰਨਾ ਕੁ ਸਰਦਾ ਉਨਾ ਕਰਦਾ। ਅਤੇ ਉਹ ਮੋਰ ਮੋਰਨੀ ਸੀ ਨਾ ਜਿਹੜੇ, ਉਹਨਾਂ ਦਾ ਬੜਾ ਉਹ ਧਿਆਨ ਰੱਖਦਾ। ਉਹਨਾਂ ਮੋਰ ਮੋਰਨੀ ਨੂੰ ਵੀ ਖਾਣ ਲਈ ਵੀ ਭੋਜਨ ਦਿੰਦਾ, ਉਹਦੇ ਕੋਲ ਹੁੰਦਾ ਨਹੀਂ ਸੀ ਪਰ ਵਿੱਚੋਂ ਕੱਢ ਕੇ, ਜਿੱਦਾਂ ਕਹਿੰਦੇ ਨਾ ਵੀ ਥੋੜ੍ਹਾ ਬਹੁਤਾ ਕੱਢ ਕੇ ਵਿੱਚੋਂ ਤਿਲ ਫੁੱਲ, ਉਹ ਕਹਿੰਦਾ ਵੀ ਮੋਰ ਮੋਰਨੀ ਨੂੰ ਵੀ ਭੋਜਨ ਦਿੰਦਾ ਔਰ ਪੀਣ ਨੂੰ ਜਲ ਦਿੰਦਾ, ਜੋ ਜੋ ਉਹਦੇ ਕੋਲ ਸੇਵਾ ਹੁੰਦੀ ਉਹ ਕਰਦਾ। ਔਰ ਇਕੱਲੇ ਉਹ ਮੋਰ ਮੋਰਨੀ ਇਹ ਨਹੀਂ, ਉਹ ਜੀਵ ਜੰਤੂ ਜਿੰਨੇ ਵੀ ਕਾਇਨਾਤ ਦੇ ਵਿੱਚ ਜਿੱਦਾਂ ਕੋਈ ਵੀ ਹੁੰਦਾ ਜੀਵ ਜੰਤੂ, ਤਾਂ ਉਹਨਾਂ ਨੂੰ ਬੜਾ ਪ੍ਰੇਮ ਕਰਦਾ। ਅਤੇ ਉਹ ਮੋਰ ਮੋਰਨੀ ਵੀ ਜਿਹੜੇ ਸੀਗੇ ਉਹ ਵੀ ਉਹਦੇ ਘਰ ਬੜੇ ਖੁਸ਼ ਰਹਿੰਦੇ। ਹੁਣ ਨਾ ਮੋਰ ਨੂੰ ਕਿਤੇ ਜਾਣਾ ਪੈਂਦਾ ਸੀ ਭੋਜਨ ਲਈ, ਨਾ ਮੋਰਨੀ ਨੂੰ ਕਿਤੇ ਜਾਣਾ ਪੈਂਦਾ ਸੀ, ਭੋਜਨ ਉਹਨਾਂ ਕੋਲ ਆਪ ਪਹੁੰਚ ਜਾਂਦਾ ਸੀ। ਹਾਲਾਂਕਿ ਦੇਣ ਵਾਲਾ ਮਾਲਕ ਹੈ ਇਨਸਾਨ, ਜ਼ਰੀਆ ਹੈ, ਇਹ ਗੱਲ ਯਾਦ ਰੱਖਣਾ। ਤਾਂ ਕਹਿੰਦੇ ਇੱਕ ਦਿਨ ਮੋਰਨੀ ਨੇ ਮੋਰ ਨੂੰ ਕਿਹਾ, ਕਹਾਣੀ ਹੈ ਜ਼ਰਾ ਗੌਰ ਕਰਨਾ ਜੋ ਮਹਾਤਮਾ ਬੁੱਧ ਸਾਹਿਬ ਨੇ ਆਪਣੇ ਚੇਲਿਆਂ ਨੂੰ ਸੁਣਾਈ, ਕਿ ਮੋਰਨੀ ਨੇ ਮੋਰ ਨੂੰ ਕਿਹਾ ਕਿ ਯਾਰ ਇਹ ਬ੍ਰਾਹਮਣ ਕਿੰਨਾ ਪਵਿੱਤਰ ਆਦਮੀ ਹੈ, ਵੀ ਇਹ ਜਿਹੜਾ ਇਨਸਾਨ ਹੈ ਕਿੰਨਾ ਪਵਿੱਤਰ ਹੈ ਔਰ ਇਹ ਕਿੰਨੀ ਸਾਡੀ ਸੇਵਾ ਕਰਦਾ, ਇਹਦਾ ਮਨ ਤੋਂ ਪਵਿੱਤਰ ਹੈ, ਪਰ ਇਹ ਭੋਲਾ ਬਹੁਤ ਹੈ। ਇੱਕ ਇਹਦੇ 'ਚ ਕਮੀ ਹੈ ਕਿ ਇਹ ਭੋਲਾ ਬਹੁਤ ਹੈ, ਆਪਣਾ ਆਤਮ ਵਿਸ਼ਵਾਸ ਇਸੇ ਭੋਲੇਪਨ ਕਰਕੇ ਖੋ ਬੈਠਾ ਹੈ।
ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ। ਉਸ ਵਕਤ ਮੋਰ ਨੇ ਮੋਰਨੀ ਨੂੰ ਕਿਹਾ ਵੀ ਹਾਂ ਬਿਲਕੁਲ ਸੱਚੀ ਗੱਲ ਹੈ ਕਿ ਇਹ ਗਰੀਬੀ ਦੇ ਵਿੱਚ ਇਹਨੇ ਆਪਣੀ ਜ਼ਿੰਦਗੀ ਕੱਢੀ ਹੈ, ਤਾਂ ਉਸ ਕਰਕੇ ਇਹਨੂੰ ਬੜੀਆਂ ਮੁਸੀਬਤਾਂ ਦਾ ਮੁਸ਼ਕਲਾਂ ਦਾ ਸਾਹਮਣਾ ਹੁਣ ਤੱਕ ਕਰਨਾ ਪਿਆ। ਉਸ ਵਕਤ ਮੋਰਨੀ ਨੇ 6 ਗੱਲਾਂ ਕੀਤੀਆਂ ਜਿਨ੍ਹਾਂ ਦਾ ਕਹਿੰਦੇ ਕਿ ਇਨਸਾਨ ਦੀ ਜਿਹੜੀ ਦੁੱਖ ਦਰਦ ਦਾ ਹੱਦ ਹੋ ਜਾਂਦੀ ਹੈ, ਉਹ ਝੱਲਣੇ ਬੜੇ ਔਖੇ ਹੈ। ਪਹਿਲਾਂ ਉਹਨਾਂ ਨੇ ਦੱਸਿਆ ਕਿ ਇੱਕ ਮਨੁੱਖ ਦਾ ਆਪਣੀ ਪਤਨੀ ਤੋਂ ਵਿਯੋਗ ਹੋ ਜਾਣਾ। ਦੂਜਾ ਦੁੱਖ ਹੈ ਕਿ ਆਪਣਿਆਂ ਦੁਆਰਾ ਕੀਤਾ ਗਿਆ ਅਪਮਾਨ, ਕਿਸੇ ਆਪਣੇ ਦੀ ਗੱਲ ਦੀ ਠੇਸ ਪਹੁੰਚਣੀ, ਬਾਬਾ ਜੀ ਕਿਸੇ ਨੇ ਪਹੁੰਚਾਈ ਠੇਸ, ਅਪਮਾਨ ਕਰਨਾ ਕਿਸੇ ਆਪਣੇ ਦਾ। ਤੀਜੀ ਗੱਲ ਹੈ ਕਿਸੇ ਦਾ ਕਰਜ਼ ਨਾ ਦੇ ਪਾਉਣਾ, ਬਾਬਾ ਗਰੀਬੀ ਕਰਕੇ ਕਿਸੇ ਦਾ ਕਰਜ਼ ਨਾ ਦੇ ਪਾਉਣਾ। ਚੌਥੀ ਗੱਲ ਹੈ ਕਿਸੇ ਮਾੜੇ ਰਾਜੇ ਦਾ ਜਾਂ ਮਾੜੇ ਕਿਸੇ ਇਨਸਾਨ ਦੀ ਸੇਵਾ ਕਰਨੀ ਪੈਣੀ ਦੁੱਖ ਕਰਕੇ ਵੀ, ਗਰੀਬੀ ਕਰਕੇ। ਪੰਜਵਾਂ ਦੁੱਖ ਹੈ ਮਾੜਿਆਂ ਦੀ ਸੰਗਤ 'ਚ ਜਾਣਾ ਪੈਣਾ ਕਿਸੇ ਰੀਜ਼ਨ ਕਰਕੇ। ਛੇਵਾਂ ਕਸ਼ਟ ਜੋ ਹੈ ਉਹ ਗਰੀਬੀ। ਦੇਖਿਆ ਜਾਏ ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਗਰੀਬੀ ਦੇ ਨਾਲ ਹੀ ਜੋੜ ਕੇ ਦੱਸੀਆਂ। ਕਹਿੰਦੇ ਇਹ ਉਹ ਕਸ਼ਟ ਨੇ ਜਿਹਦੇ 'ਚ ਇਨਸਾਨ ਬਿਨਾਂ ਅਗਨੀ ਤੋਂ ਹੀ ਜਲਦਾ ਰਹਿੰਦਾ ਹੈ। ਹੁਣ ਮੋਰਨੀ ਮੋਰ ਨੂੰ ਕਹਿ ਰਹੀ ਹੈ ਕਿ ਆਪਾਂ ਇਹ ਬ੍ਰਾਹਮਣ ਵਿਚਾਰਾ ਗਰੀਬੀ ਦੇ ਵਿੱਚ ਜ਼ਿੰਦਗੀ ਜੀ ਰਿਹਾ, ਸਾਨੂੰ ਇਹਦੇ ਵਾਸਤੇ ਕੁਛ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਾਡੇ ਲਈ ਕਿੰਨਾ ਕੁਛ ਕਰਦਾ ਹੈ, ਪਸ਼ੂ ਪਕਸ਼ੀਆਂ ਲਈ ਕਿੰਨਾ ਕੁਛ ਕਰਦਾ ਹੈ, ਸਾਨੂੰ ਵੀ ਇਹਦੇ ਲਈ ਕੁਛ ਕਰਨਾ ਚਾਹੀਦਾ ਹੈ। ਜ਼ਰਾ ਗੌਰ ਕਰਨਾ ਇੱਥੇ ਗੱਲ ਨੂੰ, ਗੌਰ ਕਰਨਾ ਕਿ ਜਦੋਂ ਤੁਸੀਂ ਕੁਦਰਤ ਬਾਰੇ ਸੋਚਦੇ ਹਾਂ, ਇਹ ਮਖਲੂਕ ਕੀ ਹੈ, ਕੁਦਰਤ ਦਾ ਹੀ ਰੰਗ ਹੈ, ਪੇੜ ਪੌਦੇ ਪਸ਼ੂ ਪਕਸ਼ੀ, ਉਹ ਪੇੜ ਪੌਦਿਆਂ ਨੂੰ ਪਾਣੀ ਪਾ ਰਿਹਾ ਹੈ, ਪਸ਼ੂ ਪਕਸ਼ੀਆਂ ਨੂੰ ਖਵਾ ਰਿਹਾ ਹੈ, ਕੁਛ ਵੀ ਜੋ ਵੀ ਉਹਦੇ ਕੋਲ ਬਣਦਾ ਸਰਦਾ ਹੈ, ਪਾਣੀ ਪਿਲਾ ਰਿਹਾ ਹੈ, ਸੇਵਾ ਕਰ ਰਿਹਾ ਹੈ, ਤਾਂ ਫਿਰ ਕੁਦਰਤ ਵੀ ਔਰ ਸਾਰੀ ਕਾਇਨਾਤ ਵੀ ਤੁਹਾਡੇ ਬਾਰੇ ਜ਼ਰੂਰ ਸੋਚਦੀ ਹੈ। ਇਹੀ ਮੋਰ ਮੋਰਨੀ ਨੇ ਸੋਚਿਆ ਕਿ ਸਾਨੂੰ ਇਹਦੇ ਲਈ ਕੁਛ ਕਰਨਾ ਚਾਹੀਦਾ। ਸਾਰੀ ਰਾਤ ਸੋਚਦੇ ਰਹੇ, ਸੋਚਣ ਤੋਂ ਬਾਅਦ ਜਦੋਂ ਅਗਲੀ ਸਵੇਰ ਹੋਈ, ਬ੍ਰਾਹਮਣ ਜਦੋਂ ਆਇਆ ਉੱਥੇ, ਤਾਂ ਉਹਨਾਂ ਨੇ ਕਿਹਾ ਕਿ ਇਹ ਦੇਵਤਾ ਪੁਰਸ਼ ਕਿ ਤੈਨੂੰ ਇੱਥੋਂ ਦੇ, ਮੋਰ ਮੋਰਨੀ ਨੇ ਕਿਹਾ ਕਿ ਤੈਨੂੰ ਰਾਜੇ ਦੇ ਕੋਲ ਜਾਣਾ ਚਾਹੀਦਾ ਔਰ ਕਹਿਣਾ ਚਾਹੀਦਾ ਕਿ ਮੈਨੂੰ ਕੰਮ 'ਤੇ ਰੱਖ ਲੈ। ਉਹ ਕੰਮ ਐਸਾ ਹੋਵੇ ਕਿ ਜਿਹਨੂੰ ਕੋਈ ਵੀ, ਜਿਹੜੀ ਮੁਸ਼ਕਲ ਨੂੰ ਕੋਈ ਵੀ ਹੱਲ ਨਹੀਂ ਨਾ ਕਰ ਸਕਦਾ, ਮੈਂ ਉਹ ਮੁਸ਼ਕਲ ਦਾ ਹੱਲ ਤੈਨੂੰ ਕਰਕੇ ਦੇ ਦਾਂਗਾ, ਔਰ ਮੈਨੂੰ ਤਨਖਾਹ ਇੰਨੀ ਕੁ ਚਾਹੀਦੀ ਹੈ ਕਿ ਰੋਜ਼ ਦੀਆਂ 100 ਮੋਹਰਾਂ ਚਾਹੀਦੀਆਂ। ਕਹਿਣ ਦਾ ਭਾਵ ਕਿ ਉਹ ਆਪਣਾ ਹੁਣ ਸੈਲਫ ਕੌਨਫੀਡੈਂਸ ਖਤਮ ਹੋ ਚੁੱਕਿਆ ਸੀ, ਆਤਮ ਵਿਸ਼ਵਾਸ ਮੁੱਕ ਚੁੱਕਿਆ ਸੀ ਗਰੀਬੀ ਕਰਕੇ, ਪਰ ਉਹਨੂੰ ਰਾਹ ਪਾਉਣ ਵਾਲੇ ਇਹ ਪਸ਼ੂ ਪਕਸ਼ੀ ਮਿਲ ਗਏ। ਪਕਸ਼ੀਆਂ ਨੇ ਜਿੱਦਾਂ ਕਹਿੰਦੇ ਨਾ ਵੀ ਆਵਾਜ਼ ਆ ਗਈ, ਇਹ ਨਹੀਂ ਹੋ ਸਕਦਾ ਕਹਾਣੀ ਦੇ ਵਿੱਚ ਉਹ ਬੋਲੇ, ਆਪਾਂ ਕਹਿ ਸਕਦੇ ਵੀ ਅੰਦਰੋਂ ਵੀ ਆਵਾਜ਼ ਆ ਸਕਦੀ ਹੈ ਅਸੀਂ ਕਿਸੇ ਦੀ ਸੇਵਾ ਕਰਨ, ਤਾਂ ਉਹਨਾਂ ਨੇ ਕਿਹਾ ਵੀ ਤੂੰ ਰਾਜੇ ਕੋਲ ਚਲਾ ਜਾ। ਉਹ ਬ੍ਰਾਹਮਣ ਕਹਿਣ ਲੱਗਾ ਕਿ ਮੈਂ ਇੰਨੇ ਜੋਗਾ ਨਹੀਂ ਕਿ ਮੈਂ ਉਹਦੀਆਂ ਮੁਸ਼ਕਲਾਂ ਹੱਲ ਕਰ ਸਕਾਂ, ਪਰ ਉਹਨਾਂ ਨੇ ਕਿਹਾ ਕਿ ਨਹੀਂ ਤੂੰ ਜਾ। ਉਹ ਫਿਰ ਗਿਆ ਰਾਜੇ ਕੋਲ, ਰਾਜੇ ਕੋਲ ਜਾ ਕੇ ਜੋ ਉਹਨਾਂ ਨੇ ਦੱਸਿਆ ਸੀ ਉਹੀ ਗੱਲ ਉਹਨਾਂ ਨੇ ਕੀਤੀ ਕਿ ਮੈਂ ਤੁਹਾਡੀਆਂ ਮੁਸ਼ਕਲਾਂ ਜੋ ਕੋਈ ਨਹੀਂ ਹੱਲ ਕਰ ਸਕਦਾ ਉਹਦਾ ਹੱਲ ਕਰ ਦਊਂਗਾ, ਔਰ ਤੁਸੀਂ ਮੈਨੂੰ 100 ਹੁਣ ਸਵਰਨ ਮੁਦਰਾ ਵੀ ਦੇ ਦੇਣਾ। ਤਾਂ ਉਹ ਰਾਜਾ ਕਹਿਣ ਲੱਗਾ ਵੀ ਬ੍ਰਾਹਮਣ ਤੈਨੂੰ ਇੰਨੀ ਗੱਲ ਦਾ ਪਤਾ ਹੈ ਕਿ ਇੱਥੇ 100 ਸਾਡੇ ਮੋਹਰਾਂ ਤਾਂ ਮੰਤਰੀ ਨੂੰ ਨਹੀਂ ਦਿੱਤੀਆਂ ਜਾਂਦੀਆਂ ਅਤੇ ਤੈਨੂੰ 100 ਮੋਹਰਾਂ ਚਾਹੀਦੀਆਂ। ਉਹ ਕਹਿੰਦਾ ਜੀ ਮੈਂ ਤੁਹਾਡੀ ਹਰ ਮੁਸ਼ਕਲ ਦਾ ਹੱਲ ਵੀ ਤਾਂ ਕਰਨਾ ਹੈ। ਉੱਧਰੋਂ ਮੰਤਰੀ ਉਹਨੂੰ ਦੇਖ ਰਿਹਾ ਸੀ, ਬ੍ਰਾਹਮਣ ਨੂੰ ਦੇਖਦਾ ਕਿ ਯਾਰ ਇਹ ਤਾਂ ਪਤਲਾ ਜਿਹਾ ਹੈ, ਮੈਲੇ ਕੁਚਾਲੇ ਇਹਦੇ ਕੱਪੜੇ ਹੈ, ਸਾਵਣਾ ਜਿਹਾ ਇਹਦਾ ਰੰਗ ਹੈ, ਇਹ ਤਾਂ ਮੈਨੂੰ ਕੋਈ ਗਰੀਬ ਵਿਅਕਤੀ ਲੱਗਦਾ ਹੈ, ਬਹੁਤ ਗਰੀਬ ਹੈ। ਪਰ ਹੁਣ ਮੰਤਰੀ ਨੂੰ ਉਸ ਵੇਲੇ ਪਤਾ ਨਹੀਂ ਕੀ ਸੋਝੀ, ਜਾਂ ਕਹਿ ਲਓ ਵੀ ਜੋ ਰੰਗ ਸੀ ਉਹ ਚੱਲ ਰਿਹਾ ਸੀ। ਕਹਿੰਦਾ ਨਾ ਕਾਇਨਾਤ ਦੀ ਜੇ ਮਦਦ ਕਰੀਏ, ਕਾਇਨਾਤ ਵੀ ਤੁਹਾਡੀ ਮਦਦ ਕਰਦੀ ਹੈ, ਕੁਦਰਤ ਦੇ ਜੇ ਮਖਲੂਕ ਆਦਿ ਦੀ ਮਦਦ ਕਰੀਏ ਉਹ ਵੀ, ਤਾਂ ਫਿਰ ਉਹ ਕੋਈ ਨਾ ਕੋਈ ਕਾਰਨ ਤਾਂ ਬਣਦਾ ਹੈ, ਕਿਉਂਕਿ ਉਹ ਫੜ ਕੇ ਮਾਲਾ ਤਸਬੀਆਂ ਬੈਠ ਜਾਣਾ ਉਹ ਇੱਕ ਅਲੱਗ ਚੀਜ਼ ਹੈ, ਅਤੇ ਉਹਦੀ ਕੁਦਰਤ ਨੂੰ ਰਾਜ਼ੀ ਕਰਨਾ ਇੱਕ ਅਲੱਗ ਚੀਜ਼ ਹੈ। ਜਿੱਦਾਂ ਕਈ ਸਾਈਂ ਲੋਕਾਂ ਫਰਮਾਇਆ, ਕਹਿੰਦੇ ਕੁਦਰਤ ਨੂੰ ਉਹ ਇਬਾਦਤ ਵੀ ਕਰਨੀ ਚਾਹੀਦੀ ਹੈ, ਬੈਠਣਾ ਚਾਹੀਦਾ ਹੈ, ਉਹ ਵੀ ਹੈ, ਪਰ ਕਹਿੰਦੇ ਜੇ ਉਹਦੀ ਮਖਲੂਕ ਨੂੰ ਤੁਸੀਂ ਕੋਸ਼ ਕਰ ਦੋਗੇ ਨਾ ਉਹ ਜ਼ਿਆਦਾ ਖੁਸ਼ ਹੋ ਜਾਂਦਾ ਹੈ, ਅਤੇ ਬੰਦਗੀ ਤਾਂ ਹੈ ਹੀ ਹੈ, ਬੰਦਗੀ ਤੋਂ ਬਿਨਾਂ ਤਾਂ ਕਿਤੇ ਢੋਈ ਨਹੀਂ ਹੈ, ਕਹਿੰਦੇ ਗੁਜ਼ਾਰਾ ਨਹੀਂ ਹੈ। ਪਰ ਜਦੋਂ ਆਪਾਂ ਬੰਦਗੀ ਕਰਕੇ ਜੇ ਕਿਸੇ ਮਖਲੂਕਿਆਤ ਨਾਲ ਹੀ ਲੜੀ ਜਾਈਏ ਐਵੇਂ, ਤਾਂ ਉਹ ਫਿਰ ਬੰਦਗੀ ਨਸ਼ਟ ਹੋ ਜਾਂਦੀ ਹੈ, ਜਿੱਦਾਂ ਪਹਿਲਾਂ ਦੱਸਿਆ ਸਾਈਂ ਲੋਕਾਂ ਨੇ, ਅਤੇ ਜੇ ਕਿਸੇ ਦੀ ਮਦਦ ਕਰ ਦਿਉ ਤੁਸੀਂ ਤਾਂ ਉਹ ਹੋਰ ਪ੍ਰਫੁੱਲਿਤ ਹੋ ਜਾਂਦੀ ਹੈ।
ਤਾਂ ਉਹਦਾ ਰੰਗ ਬਣਨਾ ਸ਼ੁਰੂ ਹੋ ਜਾਂਦਾ। ਇੱਦਾਂ ਹੀ ਉਹਦੇ ਨਾਲ ਹੋ ਰਿਹਾ ਸੀ ਹੁਣ ਬ੍ਰਾਹਮਣ ਨਾਲ। ਤਾਂ ਉਹਨੇ ਕਿਹਾ, ਕਹਿੰਦਾ ਵੀ ਇਹਨੂੰ ਰੱਖ ਲਓ, ਮੰਤਰੀ ਨੇ ਕਿਹਾ ਵੀ ਇਹਨੂੰ ਰੱਖ ਲਓ ਬ੍ਰਾਹਮਣ ਨੂੰ, ਜੇ ਹੁਣ 100 ਮੋਹਰਾਂ ਤੋਂ ਘੱਟ ਮੰਨਦਾ ਨਹੀਂ ਹੈ ਤਾਂ ਇਹਦੇ 'ਚ ਕੋਈ ਕਾਬਲੀਅਤ ਤਾਂ ਜ਼ਰੂਰ ਹੋਵੇਗੀ। ਪਰ ਰਾਜਾ ਕਹਿਣ ਲੱਗਾ ਜੀ, ਜਿਹੜੇ ਇੰਨੇ ਸਾਲਾਂ ਤੋਂ ਮੰਤਰੀ ਜੀ ਸਾਡੇ ਕੰਮ ਕਰਦੇ ਆ ਲੋਕ ਮੰਤਰੀ, ਤਾਂ ਉਹ ਗੁੱਸਾ ਨਹੀਂ ਕਰਨਗੇ? ਇੰਨੀਆਂ ਮੁਦਰਾਂ ਤਾਂ ਉਹਨਾਂ ਨੂੰ ਨਹੀਂ ਮਿਲਦੀਆਂ। ਪਰ ਉਹ ਮੰਤਰੀ ਫਿਰ ਕਹਿਣ ਲੱਗਾ, ਕਹਿੰਦਾ ਮਹਾਰਾਜ ਇਹਦੇ ਹੁਲੀਏ 'ਤੇ ਨਾ ਜਾਓ, ਜੇ ਬੰਦਾ ਕੁਛ ਮੰਗ ਰਿਹਾ ਹੈ ਤਾਂ ਇਹਦੇ 'ਚ ਕਾਬਲੀਅਤ ਵੀ ਹੋਏਗੀ। ਚਲੋ ਜੀ, ਮੰਤਰੀ ਦੇ ਵਾਰ ਵਾਰ ਕਹਿਣ 'ਤੇ ਹੁਣ ਰਾਜੇ ਨੇ ਉਹਨੂੰ ਰੱਖ ਲਿਆ। ਪਰ ਸਵੇਰ ਤੋਂ ਹੁਣ ਸ਼ਾਮ ਹੋਈ, ਜਦੋਂ ਵਕਤ ਹੋਇਆ ਜਾਣ ਦਾ, ਤਾਂ ਉਹ ਮੁਦਰਾਂ ਜਿਹੜੀਆਂ ਸੀ, ਮੋਹਰਾਂ ਜਿਹੜੀਆਂ ਸੀ, ਉਸ ਬ੍ਰਾਹਮਣ ਨੂੰ ਦਿੱਤੀਆਂ ਗਈਆਂ। ਇੰਨੀਆਂ ਜ਼ਿਆਦਾ ਮੋਹਰਾਂ ਦੇਖ ਕੇ ਉਹ ਘਰ ਲੈ ਕੇ ਗਿਆ। ਜਦੋਂ ਘਰਵਾਲੀ ਨੂੰ ਦਿੱਤੀਆਂ, ਘਰਵਾਲੀ ਕਹਿੰਦੀ ਕਿ ਇੰਨੀਆਂ ਮੋਹਰਾਂ ਤੁਸੀਂ ਕਿੱਥੋਂ ਲੈ ਕੇ ਆਏ ਹੋ? ਉਹ ਹੈਰਾਨ ਹੋ ਗਈ, ਉਹਨੇ ਪਹਿਲੀ ਵਾਰੀ ਵਿਚਾਰੀ ਨੇ ਇੰਨੀਆਂ ਮੋਹਰਾਂ ਦੇਖੀਆਂ। ਤਾਂ ਉਹਨੇ ਕਿਹਾ ਵੀ ਮੈਂ ਇਹ ਕੋਈ ਚੋਰੀ ਕਰਕੇ ਨਹੀਂ ਲੈ ਕੇ ਆਇਆ, ਮੈਂ ਮੋਰ ਮੋਰਨੀ ਦੇ ਕਹਿਣ 'ਤੇ ਉੱਥੇ ਗਿਆ ਸੀ ਰਾਜੇ ਕੋਲ, ਅਤੇ ਉਹਨਾਂ ਨੇ ਮੈਨੂੰ ਰੱਖ ਲਿਆ 100 ਮੋਹਰਾਂ 'ਤੇ ਮੰਤਰੀ ਦੇ ਕਹਿਣ 'ਤੇ। ਪਰ ਹੁਣ ਮੈਂ ਇਸ ਗੱਲ ਤੋਂ ਹਰਾ ਪਰੇਸ਼ਾਨ ਹਾਂ ਕਿ ਜੇ ਕਦੇ ਉਹਨਾਂ ਨੂੰ ਇਹੋ ਜਿਹਾ ਕੰਮ ਪੈ ਗਿਆ ਮੇਰੇ ਨਾਲ, ਤਾਂ ਮੈਂ ਉਹ ਕਿੱਦਾਂ ਹੱਲ ਕਰਾਂਗਾ? ਤਾਂ ਉਹ ਇਹੀ ਪਰੇਸ਼ਾਨੀ ਦੇ ਵਿੱਚ ਗੱਲਾਂ ਕਰਦੇ ਕਰਦੇ ਦੋਵੇਂ ਜਾਣੇ ਉਸ ਪਿੱਪਲ ਦੇ ਕੋਲ ਚਲੇ ਜਾਂਦੇ ਜਿੱਥੇ ਮੋਰ ਮੋਰਨੀ ਰਹਿੰਦੇ ਸੀ। ਉਹ ਇਹੀ ਸਵਾਲ ਜਾ ਕੇ ਉੱਥੇ ਕਰਦਾ। ਤਾਂ ਮੋਰ ਨੇ ਕਿਹਾ, ਕਹਿੰਦਾ ਦੇਵਤਾ ਆਦਮੀ ਘਬਰਾਓ ਨਾ, ਕਿਉਂਕਿ ਇਹ ਜੋ ਦੇਣ ਵਾਲਾ ਹੈ ਇਹ ਉਹ ਪਾਕ ਖੁਦਾ ਹੈ, ਪਰਮਾਤਮਾ ਹੈ, ਈਸ਼ਵਰ ਹੈ, ਅਕਾਲ ਪੁਰਖ ਹੈ। ਇਨਸਾਨ ਤਾਂ ਇੱਕ ਜ਼ਰੀਆ ਹੈ, ਜਦੋਂ ਉਹ ਦਿੰਦਾ ਹੈ ਤਾਂ ਛੱਪੜ ਪਾਰ ਕੇ ਦਿੰਦਾ ਹੈ। ਅਤੇ ਜੇ ਉਹਨੇ ਉੱਥੇ ਪਹੁੰਚਾਇਆ ਹੈ, ਸਾਡੇ ਵੀ ਤਾਂ ਮਨ ਦੇ ਵਿੱਚ ਉਹਨੀ ਗੱਲ ਪਾਈ ਨਾ, ਜੇ ਉਹਨੇ ਤੁਹਾਨੂੰ ਉੱਥੇ ਪਹੁੰਚਾਇਆ ਹੈ ਤਾਂ ਆਉਣ ਵਾਲੀ ਜੇ ਕੋਈ ਮੁਸ਼ਕਲ ਵੀ ਆਈ ਤਾਂ ਉਹਦਾ ਹੱਲ ਵੀ ਉਹ ਆਪ ਹੀ ਕਰੇਗਾ। ਹੁਣ ਬ੍ਰਾਹਮਣ ਨੂੰ ਰੋਜ਼ ਪੈਸੇ ਮਿਲਣ ਲੱਗੇ, 100 ਮੋਹਰਾਂ ਮਿਲਣ ਲੱਗੀਆਂ। ਬਾਬਾ ਜੀ, ਉਹ ਘਰ ਲੈ ਕੇ ਆਉਂਦਾ, ਘਰਵਾਲੀ ਨੂੰ ਦਿੰਦਾ। ਜਦੋਂ ਘਰਵਾਲੀ ਨੂੰ ਦਿੰਦਾ, ਘਰਵਾਲੀ ਨੇ ਪਹਿਲਾਂ ਤਾਂ ਉਹ ਪੈਸਿਆਂ ਨਾਲ ਆਪਣੀ ਜਿਹੜੀਆਂ ਰੋਜ਼ਮਰਾਂ ਦੀਆਂ ਜ਼ਰੂਰਤਾਂ ਸੀ ਉਹ ਪੂਰੀਆਂ ਕੀਤੀਆਂ, ਅਤੇ ਜਿਹੜਾ ਬਚ ਜਾਂਦਾ ਉਹ ਮੋਰ ਮੋਰਨੀ ਦੇ ਕੋਲ ਪਹੁੰਚਾ ਦਿੰਦੀ ਕਿ ਇਹ ਤੁਸੀਂ ਆਪਣੇ ਹਿਸਾਬ ਨਾਲ, ਕਿਉਂਕਿ ਇਹਦੇ 'ਤੇ ਤੁਹਾਡਾ ਵੀ ਹੱਕ ਹੈ। ਕਹਾਣੀ ਹੈ ਇਸ 'ਤੇ ਗੌਰ ਕਰਨਾ, ਕਹਾਣੀ। ਤਾਂ ਉਹ ਕਹਿੰਦੇ ਵੀ ਇਹ 'ਤੇ ਤੁਹਾਡਾ ਵੀ ਹੱਕ ਹੈ। ਤਾਂ ਉਹ ਪੈਸੇ ਜਿਹੜੇ ਸੀ ਨਾ ਮੋਰ ਮੋਰਨੀ, ਜਿੱਦਾਂ ਗਰੀਬਾਂ ਦੇ ਘਰਾਂ ਦੇ ਵਿੱਚ ਸਿੱਟ ਆਉਂਦੇ ਜਾ ਕੇ, ਜਿੱਦਾਂ ਵੀ ਉਹਨਾਂ ਨੂੰ ਮਿਲ ਜਾਣ, ਕਹਿਣ ਦਾ ਭਾਵ ਕਿ ਚੰਗੇ ਨੇਕ ਕਰਮ ਉਹਦੇ ਨਾਲ ਵੀ ਹੋਣ। ਅਤੇ ਫਿਰ ਹੌਲੀ ਹੌਲੀ ਕੀ ਹੋਇਆ, ਜਿਹੜੇ ਬ੍ਰਾਹਮਣ ਸੀ ਉਹਨਾਂ ਨੇ ਪਸ਼ੂ ਪਕਸ਼ੀਆਂ ਲਈ ਪਾਣੀ ਦੀ ਵਿਵਸਥਾ ਕਰ ਦਿੱਤੀ ਜੰਗਲਾਂ ਦੇ ਵਿੱਚ। ਜਿਹੜੇ ਗਰੀਬ ਲੋਕ ਸੀ ਉਹਨਾਂ ਨੂੰ ਅੰਨ ਦਾ, ਅੰਨ ਜੋ ਵੀ ਉਹਨਾਂ ਨੂੰ ਚਾਹੀਦਾ ਸੀ ਉਹ ਪਹੁੰਚਾਉਣ ਲੱਗ ਗਏ ਉਹਨਾਂ ਦੇ ਘਰ। ਅਤੇ ਹੌਲੀ ਹੌਲੀ ਇੱਕ ਪਾਠਸ਼ਾਲਾ ਬਣਾਈ ਜਿੱਥੇ ਨਿਆਣੇ ਜਾ ਕੇ ਪੜ੍ਹਨ, ਤਾਂ ਕਿ ਜੋ ਗਰੀਬ ਲੋਕ ਸੀਗੇ ਉਹਨਾਂ ਦੇ ਬੱਚੇ ਉਸ ਪਾਠਸ਼ਾਲਾ 'ਚ ਮੁਫਤ ਨਿਸ਼ੁਲਕ ਪੜ੍ਹ ਸਕਣ। ਕਿਉਂਕਿ ਕਈ ਵਾਰੀ ਜਿਹੜਾ ਯੋਗਿਆ ਹੈ ਉਹਨੂੰ ਪੈਸਾ ਦੌਲਤ ਨਾ ਹੋਣ ਕਰਕੇ, ਉਹ ਯੋਗਿਆ ਜਿਹੜਾ ਹੈ ਇਨਸਾਨ ਉਸ ਚੀਜ਼ ਨੂੰ ਉੱਥੇ ਪਹੁੰਚ ਨਹੀਂ ਪਾਉਂਦਾ। ਪਰ ਇੱਥੇ ਇੱਕ ਗੱਲ ਹੋਰ ਕਹੂੰਗਾ ਕਿ ਮਾਲਕ ਨੇ ਹਰ ਇੱਕ ਦਾ ਸਮਾਂ, ਹਰ ਇੱਕ ਦਾ ਰੰਗ ਉੱਥੇ ਲਿਖਿਆ ਹੈ ਬਾਬਾ ਜੀ ਜਦੋਂ ਪਹੁੰਚਣਾ ਹੈ। ਪਰ ਇੱਥੇ ਹੁਣ ਇੱਕ ਇਹ ਹੈ ਕਿ ਉਹ ਸੋਚ ਰਿਹਾ ਹੈ ਕਿ ਜਿੱਦਾਂ ਆਪਾਂ ਜ਼ਿੰਦਗੀ ਬਿਤਾਈ ਹੈ, ਸਾਡੇ ਨਿਆਣੇ ਨਹੀਂ ਪੜ੍ਹ ਸਕੇ, ਅਸੀਂ ਨਹੀਂ ਕੁਛ ਕਰ ਸਕੇ, ਵੀ ਹੋਰ ਨਾ ਕਰਨ, ਉਹਨੇ ਇਸ ਕਰਕੇ ਪਾਠਸ਼ਾਲਾ ਬਣਾਈ ਉੱਥੇ ਆ ਕੇ ਉਹ ਲੋਕ ਪੜ੍ਹਨ ਲੱਗ ਪਏ। ਇੱਧਰ ਹੁਣ ਹੋਰ ਵੀ ਜਿੱਦਾਂ ਗਰੀਬ ਲੋਕਾਂ ਦੀ ਮਦਦ ਕਰਨੀ ਉਹਨਾਂ ਨੇ, ਪਰ ਉੱਧਰ ਦੂਜੇ ਪਾਸੇ ਕੀ ਹੋ ਗਿਆ, ਹੁਣ ਬ੍ਰਾਹਮਣ ਨੂੰ ਪੈਸੇ ਮਿਲਦੇ ਸੀ ਜ਼ਿਆਦਾ, ਬਾਕੀ ਸਾਰੇ ਲੋਕ ਹੁਣ ਉਹ ਤੋਂ ਸੜਨ ਲੱਗ ਪਏ, ਈਰਖਾ ਕਰਨ ਲੱਗ ਪਏ ਕਿ ਇੱਕ ਮੰਤਰੀ ਦੀ ਮੂਰਖਤਾ ਹੀ ਕਰਕੇ ਇਹਨੂੰ ਰੋਜ਼ ਜ਼ਿਆਦਾ ਪੈਸੇ ਮਿਲਦੇ ਆ। ਔਰ ਇਹ ਵੀ ਕਿ ਇਹਦੇ ਤੋਂ ਕੋਈ ਕੰਮ ਵੀ ਨਹੀਂ ਇੰਨਾ ਲਿਆ ਗਿਆ ਹੈ ਕਿ ਜਿਹੜੇ ਇਹਨੂੰ ਪੈਸੇ ਇੰਨੇ ਜ਼ਿਆਦਾ ਮਿਲਦੇ ਆ। ਹੁਣ ਇਹ ਆ ਗਿਆ ਉਹੀ ਵਕਤ ਜਿਹਦੇ ਤੋਂ ਬ੍ਰਾਹਮਣ ਵੀ ਡਰਦਾ ਸੀ ਵੀ ਜੇਕਰ ਕਿਤੇ ਮੁਸ਼ਕਲ ਆ ਗਈ ਤਾਂ ਮੈਂ ਉਹਦਾ ਹੱਲ ਕਿਵੇਂ ਕੱਢਾਂਗਾ। ਕਹਿੰਦੇ ਕਿ ਇੱਕ ਦੂਸਰੇ ਰਾਜੇ ਦਾ ਜਿਹੜਾ ਮੰਤਰੀ ਕਹਿ ਲਓ, ਉਹ ਇਸ ਰਾਜੇ ਕੋਲ ਆਇਆ, ਤਾਂ ਉਹਨੇ ਆ ਕੇ ਇਸ ਰਾਜੇ ਨੂੰ ਇਹ ਗੱਲ ਕਹੀ ਕਿ ਰਾਜਾ ਸਾਹਿਬ, ਜੇ ਤੁਸੀਂ ਸਾਡੇ ਇਸ ਦੋ ਸਵਾਲਾਂ ਦੇ ਜਵਾਬ ਦੇ ਦਿਓ ਤਾਂ ਜਿਹੜਾ ਰਾਜਾ ਹੈ ਉਹ ਕਹਿੰਦਾ ਵੀ ਤੁਹਾਡਾ ਜਿਹੜਾ ਰਾਜ ਹੈ ਉਹ ਬੜਾ ਖੁਸ਼ਹਾਲ ਹੈ ਅਤੇ ਅਸੀਂ ਅੱਧਾ ਰਾਜ ਤੁਹਾਡੇ ਨਾਮ ਕਰ ਦਿਆਂਗੇ।
ਪਰ ਜੇ ਤੁਸੀਂ ਸਵਾਲਾਂ ਦੇ ਜਵਾਬ ਨਾ ਦੇ ਸਕੇ ਫਿਰ ਤੁਹਾਡਾ ਅੱਧਾ ਰਾਜ ਹੈ ਜਿਹੜਾ ਉਹ ਸਾਡਾ ਹੋ ਜਾਏਗਾ। ਜੇ ਤੁਸੀਂ ਇਹ ਵੀ ਨਾ ਮੰਨੇ ਤਾਂ ਫਿਰ ਯੁੱਧ ਦੀ ਤਿਆਰੀ ਕਰ ਲਵੋ। ਹੁਣ ਰਾਜੇ ਨੇ ਸੋਚਿਆ, ਯਾਰ ਜੇ ਮੈਂ ਇਹਦੀ ਗੱਲ ਨਹੀਂ ਮੰਨਦਾ ਤਾਂ ਇਹ ਤਾਂ ਸਾਡੇ ਰਾਜ ਦੇ ਉੱਤੇ ਹਮਲਾ ਕਰ ਦੇਵੇਗਾ, ਔਰ ਇਹ ਤਾਂ ਸ਼ਕਤੀਸ਼ਾਲੀ ਬਹੁਤ ਹੈ ਰਾਜ। ਅਤੇ ਉਹਨੇ ਕਿਹਾ ਵੀ ਹੁਣ ਮੇਰੇ ਕੋਈ ਰਸਤਾ ਤਾਂ ਹੈ ਨਹੀਂ। ਉਹ ਕਹਿੰਦੇ ਵੀ ਚੱਲ ਠੀਕ ਹੈ, ਤੂੰ ਆਪਣੇ ਦੋ ਸਵਾਲ ਦੱਸ। ਇੰਨੀ ਗੱਲ ਕਰਦੇ ਹੋ ਜਿਹੜਾ ਦੂਤ ਸੀ, ਜਿਹੜਾ ਮੰਤਰੀ ਸੀ ਉੱਧਰੋਂ ਆਇਆ, ਉਹਨੇ ਇੱਕ ਪਾਲਕੀ ਦੇ ਵਿੱਚ ਨਾ ਬੁਲਾਈ, ਔਰ ਉਸ ਪਾਲਕੀ ਦੇ ਵਿੱਚ ਤਿੰਨ ਸੰਘੇ ਮਰਮਰ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸੀ, ਔਰ ਉਹ ਤਿੰਨੋਂ ਮੂਰਤੀਆਂ ਨਾ ਇੱਕੋ ਹੀ ਤਰ੍ਹਾਂ ਦੀਆਂ ਲੱਗ ਰਹੀਆਂ ਸੀ। ਕਹਿਣ ਦਾ ਭਾਵ ਕਿ ਕੋਈ ਦੂਰੋਂ ਦੇਖ ਕੇ ਜਾਂ ਗੌਰ ਪਹਿਚਾਣ ਨਹੀਂ ਪਾਉਂਦਾ ਸੀ ਵੀ ਇਹ ਕੋਈ ਹੋਰ ਆ, ਉਹ ਇੱਕੋ ਵਰਗੀਆਂ ਸੀ। ਤਾਂ ਉਸ ਦੂਤ ਨੇ ਪੁੱਛਿਆ ਕਿ ਸਾਡੇ ਰਾਜੇ ਮਹਾਰਾਜੇ ਦਾ ਪਹਿਲਾ ਸਵਾਲ ਇਹ ਹੈ ਕਿ ਇਹਦੇ ਵਿੱਚੋਂ ਕਿਹੜੀ ਮੂਰਤੀ ਸ਼੍ਰੇਸ਼ਠ ਹੈ, ਯਾਨੀ ਕਿ ਵਧੀਆ ਹੈ, ਵੀ ਸ਼੍ਰੇਸ਼ਠ ਕਿਹੜੀ ਆ, ਅਵਲ ਕਿਹੜੀ ਹੈ। ਤਾਂ ਉਹਨਾਂ ਨੇ ਹੁਣ ਦਰਬਾਰੀ ਵੀ ਬੈਠੇ ਆ ਰਾਜੇ ਕੋਲ, ਰਾਜਾ ਵੀ ਦੇਖ ਰਿਹਾ ਹੈ, ਪਰ ਉਹਨਾਂ 'ਚੋਂ ਕੋਈ ਵੀ ਜਣਾ ਉਸ ਵਿੱਚੋਂ ਜਿਹੜੀ ਸ਼੍ਰੇਸ਼ਠ ਉਹ ਨਹੀਂ ਲੱਭ ਸਕੇ, ਨਾ ਕੋਈ ਅਵਲ। ਹੁਣ ਜਿਹੜੀਆਂ ਮੰਨ ਲਓ ਸਾਰੀਆਂ ਇੱਕ ਤਰ੍ਹਾਂ ਦੀਆਂ, ਉਹਦੇ 'ਚੋਂ ਕਿੱਦਾਂ ਆਪਾਂ ਦੇਖਾਂਗੇ ਵੀ ਕਿਹੜੀ ਉੱਚੀ ਹੈ ਜਾਂ ਅਵਲ ਹੈ ਜਾਂ ਸ਼੍ਰੇਸ਼ਠ ਹੈ ਜਾਂ ਵਧੀਆ ਹੈ। ਤਾਂ ਉਸ ਵਕਤ ਰਾਜੇ ਨੂੰ ਯਾਦ ਆਇਆ ਕਿ ਭਾਈ ਉਹ ਜਿਹੜਾ ਸੋ ਮੋਹਰਾ ਜਿਹਨੂੰ ਦਿੰਦਾ ਹੈ, ਉਹ ਕਹਿੰਦਾ ਸੀ ਵੀ ਜਦੋਂ ਕੋਈ ਮੁਸ਼ਕਲ ਦਾ ਹੱਲ ਨਾ ਹੋਇਆ ਤਾਂ ਮੈਂ ਉਸ ਮੁਸ਼ਕਲ ਦਾ ਹੱਲ ਕੱਢਾਂਗਾ, ਉਹਨੂੰ ਕੱਲ੍ਹ ਹੀ ਰੱਖਿਆ, ਉਹਨੂੰ ਬੁਲਾਇਆ ਜਾਵੇ। ਹੁਣ ਜਦੋਂ ਉਹ ਭੋਲਾ ਭਾਲਾ ਬ੍ਰਾਹਮਣ ਆਇਆ, ਉਹਨੇ ਦੇਖਿਆ ਕਿ ਮੂਰਤੀਆਂ ਨੂੰ, ਉਹਨੂੰ ਸਮਝ ਨਾ ਲੱਗੀ ਵੀ ਇਹਦੇ 'ਚੋਂ ਸ਼੍ਰੇਸ਼ਠ ਕਿਹੜੀ ਹੈ, ਅਵਲ ਕਿਹੜੀ ਹੈ। ਵੀ ਇਹ ਤਾਂ ਤਿੰਨੋਂ ਇੱਕੋ ਜਿਹੀਆਂ ਲੱਗਦੀਆਂ। ਕਾਫੀ ਦੇਰ ਦੇਖਣ ਤੋਂ ਬਾਅਦ ਵੀ ਉਹਨੂੰ ਸਮਝ ਨਾ ਲੱਗੀ ਵੀ ਇਹ ਹੋ ਕੀ ਰਿਹਾ। ਤਾਂ ਉਹਨੇ ਬ੍ਰਾਹਮਣ ਨੇ ਕਿਹਾ ਵੀ ਜੇ ਮੈਂ ਨਾ ਦੱਸ ਸਕਿਆ ਤਾਂ ਜਾਂ ਤਾਂ ਯੁੱਧ ਹੋ ਜਾਣਾ ਹੈ, ਮੈਂ ਤਾਂ ਜਾਊਂਗਾ ਹੀ ਜਾਊਂਗਾ, ਹੋ ਸਕਦਾ ਮੇਰਾ ਸਿਰ ਵੀ ਕਲਮ ਕਰਨ ਨੂੰ ਕਹਿ ਦੇਣ। ਤਾਂ ਉਹਨੇ ਸੋਚਿਆ ਵੀ ਮੈਂ ਕੁਛ ਸਮੇਂ ਬਾਅਦ ਇਹ ਗੱਲ ਦਾ ਜਵਾਬ ਦੇਊਂਗਾ। ਉਹਨੇ ਰਾਜੇ ਨੂੰ ਕਿਹਾ ਵੀ ਇਹ ਜਿਹੜੀਆਂ ਮੂਰਤੀਆਂ ਨੇ ਇਹਨੂੰ ਇੱਕ ਇਕਾਂਤ ਕਮਰੇ ਦੇ ਵਿੱਚ ਰੱਖ ਦਿੱਤਾ ਜਾਵੇ, ਵੀ ਇਕੱਲੇ ਰੱਖ ਦਿੱਤਾ ਜਾਵੇ, ਉੱਥੇ ਨਾ ਕੋਈ ਜਾਵੇ ਨਾ ਕੋਈ ਆਵੇ, ਬਸ ਰੱਖ ਦਿੱਤਾ ਜਾਵੇ। ਮੈਂ ਜ਼ਰਾ ਘਰ ਹੋ ਕੇ ਆਇਆ, ਫਿਰ ਆ ਕੇ ਮੈਂ ਇਹਦਾ ਜਵਾਬ ਦੇਊਂਗਾ। ਹੁਣ ਬ੍ਰਾਹਮਣ ਘਰ ਚੱਲ ਪਿਆ, ਉੱਧਰ ਰਾਜੇ ਨੇ ਉਹ ਮੂਰਤੀਆਂ ਇਕਾਂਤ ਦੇ ਵਿੱਚ ਰੱਖਤੀਆਂ। ਬ੍ਰਾਹਮਣ ਜਾ ਕੇ ਮੋਰ ਮੋਰਨੀ ਨਾਲ ਗੱਲ ਕਰਦਾ ਹੈ ਕਿ ਯਾਰ ਇੱਦਾਂ ਇੱਦਾਂ ਗੱਲ ਹੋ ਗਈ ਕਿ ਮੈਂ ਕਿੱਥੋਂ ਉਹਦੇ ਵਿੱਚੋਂ ਹੁਣ ਅੰਤਰ ਲੱਭਾਂ, ਕਿ ਮੈਂ ਕਿੱਥੋਂ ਡਿਫਰੈਂਸ ਲੱਭਾਂ। ਉਹ ਕਹਿੰਦੇ ਵੀ ਜਿਹੜਾ ਵੀ ਕੋਈ ਵੀ ਚੀਜ਼ ਬਣਦੀ ਹੈ ਨਾ, ਉਹ ਕਦੇ ਵੀ ਇੱਕ ਵਰਗੀ ਨਹੀਂ ਬਣਦੀ, ਉਹਦੇ 'ਚ ਕੋਈ ਨਾ ਕੋਈ ਡਿਫਰੈਂਸ ਹੁੰਦਾ ਜ਼ਰੂਰ ਹੈ। ਜ਼ਰਾ ਗੌਰ ਕਰ ਲੈਣਾ ਬਾਬਾ ਜੀ, ਦੁਨੀਆਂ ਦੇ ਵਿੱਚ ਕਹਿੰਦੇ ਆ ਕਿ ਹਰ ਇਨਸਾਨ ਦੇ ਹਮਸ਼ਕਲ ਹੁੰਦੇ ਆ, ਹਮਸ਼ਕਲ ਹੁੰਦੇ ਆ, ਪਰ ਉਹ ਵੀ ਕਦੇ ਸਾਰਾ ਕੁਛ ਇੱਕ ਜਿਹਾ ਨਹੀਂ ਹੁੰਦਾ। ਗੁਣਾਂ ਦਾ ਫਰਕ ਹੁੰਦਾ ਹੈ, ਰੰਗ ਦਾ ਫਰਕ ਹੁੰਦਾ ਹੈ, ਢੰਗ ਚਾਲ ਦਾ ਫਰਕ ਹੁੰਦਾ, ਇਹ ਗੱਲ ਗੌਰ ਕਰ ਲੈਣਾ ਬਾਬਾ ਜੀ। ਤਾਂ ਉਹ ਕਹਿੰਦੇ ਤੂੰ ਇੱਦਾਂ ਕਰੀ ਕਿ ਤੂੰ ਨਾ ਇੱਕ ਬਰੀਕ ਤਾਰ ਮੂਰਤੀਆਂ ਦੇ ਕੰਨ ਦੇ ਵਿੱਚ ਪਾਈ, ਉਹ ਜਿੱਥੇ ਨਿਕਲੇਗੀ ਉਹ ਆ ਕੇ ਮੈਨੂੰ ਦੱਸੀ ਕਿ ਇੱਥੋਂ ਇੱਥੋਂ ਨਿਕਲੀ ਹੈ, ਫਿਰ ਮੈਂ ਤੈਨੂੰ ਉਹਦਾ ਅੰਤਰ ਵੀ ਸਮਝਾ ਦਿਆਂਗਾ, ਔਰ ਕਿਹੜੀ ਮੂਰਤੀ ਸ਼੍ਰੇਸ਼ਠ ਹੈ ਉਹ ਵੀ ਤੈਨੂੰ ਦੱਸ ਦਿਆਂਗਾ। ਹੁਣ ਬ੍ਰਾਹਮਣ ਗਿਆ ਵਾਪਸ ਜੀ, ਉਹਨੇ ਪਹਿਲੀ ਮੂਰਤੀ ਦੇ ਕੰਨ ਦੇ ਵਿੱਚ ਤਾਰ ਪਾਈ, ਉਹ ਦੂਜੇ ਕੰਨ ਤੋਂ ਨਿਕਲ ਗਈ, ਫਿਰ ਦੂਜੀ ਮੂਰਤੀ ਦੇ ਕੰਨ 'ਚ ਤਾਰ ਪਾਈ, ਉਹ ਕਹਿੰਦੇ ਵੀ ਉਹ ਪੇਟ 'ਚੋਂ ਨਿਕਲ ਗਈ, ਤੀਜੀ ਮੂਰਤੀ 'ਚ ਜਦੋਂ ਉਹਨੇ ਤਾਰ ਪਾਈ ਤਾਂ ਉਹ ਨਿਕਲੀ ਨਹੀਂ ਕਹਿੰਦੇ। ਇਹ ਗੱਲਾਂ ਆ ਕੇ ਉਹਨੇ ਮੋਰ ਨੂੰ ਦੱਸੀਆਂ। ਹੁਣ ਇਹ ਗੱਲਾਂ ਜਿਹੜੀਆਂ ਹੈ ਇਹ ਜ਼ਰਾ ਗੌਰ ਨਾਲ ਸੁਣਨਾ ਬਾਬਾ ਜੀ। ਮੋਰ ਨੇ ਦੱਸਿਆ, ਕਹਿੰਦੇ ਪਹਿਲੀ ਮੂਰਤੀ ਜਦੋਂ ਤੁਸੀਂ ਕੰਨ ਦੇ ਵਿੱਚ ਇੱਕ ਕੰਨ ਤੋਂ ਪਾਈ ਦੂਜੇ ਕੰਨ ਤੋਂ ਨਿਕਲ ਗਈ, ਇਹਦਾ ਮਤਲਬ ਇਹ ਹੈ ਕਿ ਪਹਿਲੀ ਮੂਰਤੀ ਹੈ ਜਿਹੜੀ ਉਹ ਇੱਕ ਕੰਨ ਤੋਂ ਸੁਣਦੀ ਹੈ ਅਤੇ ਦੂਜੇ ਕੰਨ ਤੋਂ ਗੱਲ ਕੱਢ ਦਿੰਦੀ ਹੈ, ਦੂਜੀ ਮੂਰਤੀ ਜਿਹੜੀ ਕੰਨ ਦੇ ਵਿੱਚ ਤੁਸੀਂ ਪਾਈ ਤਾਰ ਉਹ ਪੇਟ ਦੇ ਵਿੱਚੋਂ ਨਿਕਲੀ, ਜਾਣੀ ਉਹਦੇ ਪੇਟ ਦੇ ਵਿੱਚ ਗੱਲ ਨਹੀਂ ਪਚਦੀ, ਉਹਦੇ ਜਿਹੜੀ ਵੀ ਉਹ ਗੱਲ ਸੁਣਦੀ ਹੈ ਉਹ ਜ਼ੁਬਾਨ ਥਾਣੀ ਕੱਢ ਦਿੰਦੀ, ਮੂੰਹ ਥਾਣੀ ਉਹਦੇ ਕੋਲ ਨਿਕਲ ਜਾਂਦੀ ਹੈ। ਜਿੱਦਾਂ ਕਹਿ ਦਿੰਦੇ ਨਾ ਮੁਹਾਵਰਾ ਕਿ ਇਹਦੇ ਢਿੱਡ 'ਚ ਕੋਈ ਗੱਲ ਨਹੀਂ ਪਚਦੀ, ਇੱਦਾਂ ਕਹਿੰਦੇ ਉਹ ਪਚਦੀ ਨਹੀਂ, ਉਹ ਮੂੰਹ ਥਾਣੀ ਕੱਢ ਦਿੰਦੀ ਹੈ। ਜ਼ਰਾ ਗੌਰ ਕਰਨਾ। ਔਰ ਤੀਜੀ ਮੂਰਤੀ ਉਹ ਹੈ ਜਿਹੜੀ ਸੁਣਦੀ ਵੀ ਹੈ ਗੱਲ, ਔਰ ਗੱਲ ਆਪਣੇ ਤੱਕ ਹੀ ਸੀਮਤ ਰੱਖਦੀ ਹੈ, ਔਰ ਇਹੀ ਮੂਰਤੀ ਜਿਹੜੀ ਆ ਉਹਨਾਂ 'ਚੋਂ ਸ਼੍ਰੇਸ਼ਠ ਹੈ, ਅਵਲ ਹੈ। ਜ਼ਰਾ ਹੁਣ ਗੌਰ ਕਰ ਲੈਣਾ ਬਾਬਾ ਜੀ, ਜ਼ਿੰਦਗੀ ਨੂੰ ਰੋਲੀ ਨਾ, ਮਰ ਜਾਵੀਂ ਬੋਲੀ ਨਾ, ਜ਼ਰਾ ਗੌਰ ਕਰਨਾ। ਸਾਈਂ ਲੋਕ, ਸਾਈਂ ਜੀ ਕਿਹਾ ਨਾ, ਜ਼ਿੰਦਗੀ ਨੂੰ ਰੋਲੀ ਨਾ, ਮਰ ਜਾਵੀਂ ਬੋਲੀ ਨਾ,
ਸਾਈਆਂ ਨੇ ਇਹੋ ਹੀ ਸਿਖਾਇਆ ਹੈ। ਕਹਿੰਦੇ ਉਹੀ ਅਵਲ ਹੈ, ਉਹੀ ਉੱਚਾ ਹੈ, ਆਸ਼ਕ ਸੋਈ ਜੋ ਦੁੱਖ ਨਾ ਜ਼ਾਹਰ ਕਰੇ, ਜੋ ਗੱਲ ਸੁਣੇ ਉਹਨੂੰ ਪਛਾਣ ਦੀ ਹਿੰਮਤ ਰੱਖਦਾ ਹੋਵੇ, ਢਿੰਡੋਰੇ ਨਾ ਪਿੱਟਦਾ ਹੋਵੇ। ਕਿਉਂਕਿ ਜਿਹੜੇ ਜਾਣਦੇ ਹੈ ਉਹ ਤਾਂ ਕਦੇ ਕਹਿੰਦੇ ਹੀ ਨਹੀਂ ਹੈ ਕਿ ਸਾਨੂੰ ਪਤਾ ਹੈ। ਇਸ ਗੱਲ ਦਾ ਜ਼ਰਾ ਗੌਰ ਕਰਨਾ, ਉਹ ਤਾਂ ਰੌਲਾ ਪਾਉਂਦੇ ਹੀ ਨਹੀਂ ਹੈ ਬਾਬਾ ਜੀ। ਉਹਨਾਂ ਦੇ ਤਾਂ ਪਰਦੇ ਤੋਂ ਪਿੱਛੋਂ ਦੁਨੀਆ ਲੱਭਦੀ ਫਿਰਦੀ ਹੈ ਉਹਨਾਂ ਨੂੰ। ਪਹਿਲਾਂ ਤਾਂ ਕਹਿੰਦੇ ਨਾ ਵੀ ਫਕੀਰ ਫੱਕਰ ਜਿਹੜਾ ਹੁੰਦਾ ਹੈ, ਜਦੋਂ ਹੋਵੇ ਤਾਂ ਹਜ਼ਾਰਾਂ ਦਾ ਹੁੰਦਾ, ਜਦੋਂ ਪਰਦਾ ਕਰ ਜਾਵੇ ਲੱਖਾਂ ਕਰੋੜਾਂ ਅਰਬਾਂ ਦਾ ਹੋ ਜਾਂਦਾ ਹੋਵੇ ਦੁਨੀਆ ਮਗਰ ਮਗਰ। ਸੋ ਉਹ ਪਤਾ ਹੀ ਨਹੀਂ ਲੱਗਣ ਦਿੰਦੇ ਉਦੋਂ ਤਾਂ। ਉਹ ਕਹਿੰਦੇ ਉਹੀ ਸ਼੍ਰੇਸ਼ਟ ਮੂਰਤੀ ਹੈ ਜਿਹੜੀ ਪਚਾ ਲਵੇ ਗੱਲ, ਜਿਹੜੀ ਸੁਣਦੀ ਵੀ ਹੈ, ਸਾਰਾ ਕੁਝ ਜਾਣਦੀ ਵੀ ਹੈ, ਅੰਦਰ ਰੱਖਦੀ ਹੈ। ਇਸ ਗੱਲ ਨੂੰ ਸਮਝਣਾ, ਗੌਰ ਕਰਨਾ ਬਾਬਾ ਜੀ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਜੱਗ ਤੋਂ ਛੁਪਾਈ ਦਾ। ਔਰ ਇਹ ਵੀ ਦੱਸਦੀ ਹੈ ਕਿ ਉਹੀ ਇਨਸਾਨ ਬੁੱਧੀਮਾਨ ਹੈ। ਉਹ ਮੂਰਤੀ ਦੱਸ ਰਹੀ ਹੈ ਕਿ ਇਹ ਉਹੀ ਇਨਸਾਨ ਬੁੱਧੀਮਾਨ ਹੈ ਜਿਹੜਾ ਸੁਣਦਾ ਹੈ, ਉਹਨੂੰ ਆਪਣੇ ਅੰਦਰ ਰੱਖਦਾ ਹੈ, ਜੋ ਗਿਆਨਵਾਨ ਚੀਜ਼ ਹੈ, ਅਤੇ ਉਹ ਰੌਲਾ ਨਹੀਂ ਪਾਉਂਦਾ, ਉਹਨੂੰ ਸਮੇਂ 'ਤੇ ਆਉਣ 'ਤੇ ਉਹਦਾ ਇਸਤੇਮਾਲ ਕਰਦਾ ਹੈ। ਹੁਣ ਮੋਰ ਨੇ ਬ੍ਰਾਹਮਣ ਦੀ ਸਹਾਇਤਾ ਕੀਤੀ, ਬ੍ਰਾਹਮਣ ਨੇ ਜਾ ਕੇ ਆਪਣਾ ਜਵਾਬ ਜਿਹੜਾ ਸੀ ਉਹ ਦੇ ਦਿੱਤਾ। ਜਿਹੜਾ ਦੂਜੇ ਦੇਸ਼ ਤੋਂ ਆਇਆ ਸੀ ਦੂਤ ਜਾਂ ਕਹਿ ਲਓ ਮੰਤਰੀ ਸੀ, ਉਹਨੂੰ ਉਹ ਸਵਾਲ ਸੰਤੁਸ਼ਟ ਕਰ ਗਿਆ। ਬਾਕੀ ਦਰਬਾਰੀ ਵੀ ਹੁਣ ਜਿਹੜੇ ਈਰਖਾ ਕਰਦੇ ਸੀ, ਸੋਚਾਂ 'ਚ ਪੈ ਗਏ ਵੀ ਲੈ ਵੀ ਇਹਨੇ ਤਾਂ ਜਵਾਬ ਦੇ ਤਾ, ਸਾਰੇ ਸੰਤੁਸ਼ਟ ਹੋ ਗਏ, ਸੈਟਿਸਫਾਈ ਹੋ ਗਏ। ਫਿਰ ਹੁਣ ਦੂਤ ਨੇ ਦੂਜਾ ਸਵਾਲ ਕੀਤਾ ਕਿ ਇਹੋ ਜਿਹਾ ਇਨਸਾਨ ਕੌਣ ਹੈ ਜੋ ਇੱਕ ਮਰੇ ਹੋਏ ਵਿਅਕਤੀ ਦੇ ਕਾਰਨ ਜਿਉਂਦਾ ਰਹਿੰਦਾ ਹੈ, ਅਤੇ ਉਹ ਇਨਸਾਨ ਕੌਣ ਹੈ ਜੋ ਜਿਉਂਦੇ ਹੋਏ ਵਿਅਕਤੀ ਦੇ ਕਾਰਨ ਜਿਉਂਦਾ ਰਹਿੰਦਾ ਹੈ। ਹੁਣ ਇਹ ਗੱਲ ਜਦੋਂ ਹੋਈ ਤਾਂ ਉਹ ਕਹਿੰਦਾ ਜੀ ਮੈਨੂੰ ਥੋੜ੍ਹਾ ਸਮਾਂ ਹੋਰ ਦਿਓ, ਮੈਂ ਆਪਣੇ ਘਰ ਜਾਣਾ ਹੈ। ਉਹ ਕਹਿੰਦੇ ਜੀ ਠੀਕ ਹੈ। ਉਹ ਘਰ ਜਾਂਦਾ ਹੈ, ਬ੍ਰਾਹਮਣ ਜਾ ਕੇ ਮੋਰ ਨਾਲ ਫਿਰ ਗੱਲ ਕਰਦਾ ਹੈ। ਇਸ ਗੱਲ ਨੂੰ ਜੋ ਸਮਝਿਆ ਹੋਏਗਾ ਨਾ, ਉਹਨੂੰ ਸਮਝ ਲੱਗ ਗਈ ਹੋਏਗੀ ਵੀ ਇਹ ਰਮਜ਼ ਕੀ ਹੈ। ਇਹਦਾ ਗੌਰ ਕਰਨਾ ਬਾਬਾ ਜੀ। ਉਹ ਗਿਆ ਮੋਰ ਨੂੰ ਜਾ ਕੇ ਗੱਲ ਦੱਸਦਾ ਹੈ। ਮੋਰ ਕਹਿੰਦਾ ਇਹਦਾ ਜਵਾਬ ਇਹ ਹੈ ਕਿ ਇੱਕ ਤਾਂ ਤੁਸੀਂ ਬ੍ਰਾਹਮਣ, ਦੂਜਾ ਹੈ ਵੈਦ। ਬ੍ਰਾਹਮਣ ਜਦੋਂ ਕੋਈ ਮਰ ਜਾਂਦਾ ਹੈ, ਉਹਦਾ ਸ਼ਰਾਧ ਹੁੰਦਾ ਹੈ ਜਾਂ ਕੋਈ ਵੀ ਕਿਰਿਆ ਕਰਮ ਕਰਦਾ ਹੈ, ਤਾਂ ਉਸ ਤੋਂ ਬਾਅਦ ਉਹਨੂੰ ਦਕਸ਼ਣਾ ਮਿਲਦੀ ਹੈ, ਤਾਂ ਉਹ ਮਰੇ 'ਤੇ ਜੀਵਿਤ ਰਹਿੰਦਾ ਹੈ। ਔਰ ਦੂਜਾ ਹੈ ਵੈਦ। ਇੱਕ ਵੈਦ ਜਿਹੜਾ ਹੈ ਉਹ ਬਿਮਾਰ ਲੋਕਾਂ ਨੂੰ, ਜਿਹੜਾ ਮ੍ਰਿਤਿਊ ਦੀ ਓਰ ਵੱਲ ਵੱਧਦਾ ਜਾ ਰਿਹਾ ਹੈ, ਹਾਲਾਂਕਿ ਆਉਣੀ ਮਾਲਕ ਦੇ ਉਹ ਜਿਹੜਾ ਵਕਤ ਲਿਖਿਆ ਆਉਣੀ ਹੈ, ਪਰ ਪੀੜਾ ਵੱਲ ਵੱਧਦਾ ਜਾ ਰਿਹਾ, ਉਹਨੂੰ ਰੋਕ ਕੇ ਉਹ ਆਪਣਾ ਜੀਵਿਤ ਵਿਅਕਤੀ ਨੂੰ ਜੀਵਿਤ ਰੱਖ ਕੇ, ਉਹ ਜੀਵਿਤ ਵਿਅਕਤੀ ਤੋਂ ਪੈਸੇ ਲੈ ਕੇ ਧਨ ਮਿਲਦਾ ਹੈ ਉਹਨੂੰ, ਅਤੇ ਉਹਦਾ ਜੀਵਿਤ ਰਹਿੰਦਾ ਹੈ ਉਹ ਆਪ ਹੀ। ਹੁਣ ਇਹ ਜਵਾਬ ਜਾ ਕੇ ਬ੍ਰਾਹਮਣ ਨੇ ਰਾਜੇ ਨੂੰ ਅਤੇ ਉਹ ਜਿਹੜਾ ਦੂਤ ਆਇਆ ਸੀ ਉਹਨੂੰ ਦਿੱਤੇ। ਹੁਣ ਉਹ ਸੰਤੁਸ਼ਟ ਹੋ ਗਿਆ ਵੀ ਵਾਕਈ ਗੱਲ ਤਾਂ ਸਹੀ ਹੈ। ਉਹ ਫਿਰ ਸ਼ਰਤ ਦੇ ਮੁਤਾਬਕ ਅੱਧਾ ਰਾਜ ਰਾਜੇ ਨੂੰ ਮਿਲ ਗਿਆ। ਹੁਣ ਸਮਾਂ ਬੀਤਿਆ ਥੋੜ੍ਹਾ ਜਿਹਾ, ਤਾਂ ਰਾਜੇ ਨੇ ਫਿਰ ਸੋਚਿਆ ਕਿ ਯਾਰ ਇਹ ਬ੍ਰਾਹਮਣ ਆਪਣੇ ਘਰ ਕਿਉਂ ਜਾਂਦਾ ਸੀ, ਵੀ ਕੋਈ ਨਾ ਕੋਈ ਗਲਤ ਹੈ, ਕੋਈ ਨਾ ਕੋਈ ਰਾਸਤਾ ਹੈ। ਤਾਂ ਉਹਨੇ ਬ੍ਰਾਹਮਣ ਨੂੰ ਪੁੱਛਿਆ ਕਿ ਬ੍ਰਾਹਮਣ ਤੁਸੀਂ ਆਪਣੇ ਘਰ ਕਿਉਂ ਜਾਂਦੇ ਸੀ? ਉਹਨੂੰ ਦੱਸਿਆ ਵੀ ਮੇਰੇ ਘਰ ਦੇ ਕੋਲ ਅੰਦਰ ਹੀ ਕਹਿ ਲਓ ਵੀ ਜਿਹੜੀ ਚਾਰ ਦੀਵਾਰੀ ਉਹਦੇ ਵਿੱਚ ਹੀ, ਥੋੜ੍ਹਾ ਜਿਹਾ ਦੂਰ ਜਿੱਦਾਂ ਕੱਚਾ ਏਰੀਆ ਹੈ, ਉਹਦੇ ਵਿੱਚ ਪਿੱਪਲ ਹੈ, ਔਰ ਪਿੱਪਲ ਦੇ ਉੱਪਰ ਇੱਕ ਮੋਰ ਅਤੇ ਇੱਕ ਮੋਰਨੀ ਦਾ ਜੋੜਾ ਰਹਿੰਦਾ। ਅਤੇ ਕਹਿਣ ਲੱਗਾ ਜੀ ਉਹ ਮੋਰ ਮੋਰਨੀ ਜਿਹੜੇ ਆ ਨਾ, ਬੜੇ ਅਦਭੁਤ ਹੈ, ਆਮ ਮੋਰ ਮੋਰਨੀ ਵਰਗੇ ਨਹੀਂ ਹੈ। ਉਹਨਾਂ ਦੇ ਕਹਿਣ 'ਤੇ ਮੈਂ ਇੱਥੇ ਤੁਹਾਡੇ ਨੌਕਰੀ ਕਰਨ ਆਇਆ ਹਾਂ, ਉਹਨਾਂ ਦੇ ਹੀ ਕਹਿਣ 'ਤੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਹੈ। ਰਾਜਾ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਤਾਂ ਰਾਜੇ ਨੇ ਕਿਹਾ ਵੀ ਉਹ ਮੋਰ ਮੋਰਨੀ ਨੂੰ ਮੇਰੇ ਦਰਬਾਰ ਦੇ ਵਿੱਚ ਲੈ ਕੇ ਆਉਣਾ, ਵੀ ਇੱਥੇ ਆਓ। ਤਾਂ ਉਹ ਫਿਰ ਉਹਨੇ ਮੋਰ ਮੋਰਨੀ ਨਾਲ ਗੱਲ ਕੀਤੀ, ਕਹਿੰਦੇ ਉਹ ਉੱਥੇ ਆਇਆ ਤਾਂ ਰਾਜੇ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਗਿਆਨ ਤੁਸੀਂ ਕਿੱਥੋਂ ਲਿਆ? ਤਾਂ ਮੋਰ ਮੋਰਨੀ ਨੇ ਪਤਾ ਕੀ ਕਿਹਾ? ਕਹਿੰਦੇ ਇਹ ਗਿਆਨ ਅਸੀਂ ਇਸ ਬ੍ਰਾਹਮਣ ਤੋਂ ਹੀ ਲਿਆ, ਇਹਦੇ ਘਰ ਵਿੱਚ ਰਹਿ ਕੇ ਇਹਦੇ ਤੋਂ ਹੀ ਗਿਆਨ ਪ੍ਰਾਪਤ ਕੀਤਾ ਹੈ ਕਿ ਇਹ ਬ੍ਰਾਹਮਣ ਜਦੋਂ ਹਰੀ ਭਜਨ ਗਾਉਂਦਾ ਸੀ ਤਾਂ ਅਸੀਂ ਉਹ ਸੁਣ ਸੁਣ ਕੇ ਹੀ ਸਾਨੂੰ ਉਹ ਗਿਆਨ ਹੋਇਆ ਹੈ। ਜ਼ਰਾ ਗੌਰ ਕਰਨਾ, ਹਰੀ ਭਜਨ ਸੁਣ ਸੁਣ ਕੇ ਹੀ ਸਾਨੂੰ ਉਹ ਗਿਆਨ ਹੋਇਆ ਹੈ, ਪਰ ਇਹ ਬੜਾ ਸਿੱਧਾ ਹੈ, ਗਰੀਬੀ ਕਰਕੇ ਕੁਛ ਕਰ ਨਹੀਂ ਪਾ ਰਿਹਾ ਸੀ, ਤਾਂ ਅਸੀਂ ਇਹਦੇ ਤੋਂ ਹੀ ਲਿਆ ਹੋਇਆ ਗਿਆਨ ਇਸੇ ਨੂੰ ਹੀ ਵਾਪਸ ਮੋੜਤਾ। ਤਾਂ ਇਹਨਾਂ ਨੇ ਸਾਡੀ ਗੱਲ ਮੰਨੀ ਔਰ ਤੁਹਾਡੇ ਕੋਲ ਆਏ। ਤਾਂ ਉਸ ਵਕਤ ਫਿਰ ਉਹ ਰਾਜਾ ਜਿਹੜਾ ਸੀ ਉਹ ਕਹਿਣ ਲੱਗਾ ਕਿ ਇਹ ਬਖਸ਼ੀਓ
ਤੁਸੀਂ ਕੀ ਚਾਹੁੰਦੇ ਹੋ ਇਸ ਨਗਰ ਵਾਸਤੇ? ਤਾਂ ਉਹਨਾਂ ਮੋਲ ਮੋਰਨੀ ਨੇ ਕਿਹਾ ਜੀ, ਅਸੀਂ ਇਸ ਨਗਰ ਦੇ ਵਿੱਚ ਸਾਰਿਆਂ ਦੀ ਖੁਸ਼ਹਾਲੀ ਚਾਹੁੰਦੇ ਹਾਂ। ਗਰੀਬ ਲੋਕਾਂ ਨੂੰ ਖਾਣਾ ਮਿਲਣਾ ਚਾਹੀਦਾ ਹੈ, ਜੰਗਲ ਦੇ ਵਿੱਚ ਪਾਣੀ ਦਾ ਪ੍ਰਬੰਧ ਹੋਰ ਵਧੀਆ ਹੋਣਾ ਚਾਹੀਦਾ ਹੈ। ਔਰ ਕੋਈ ਵੀ ਇਨਸਾਨ ਜਿਹੜਾ ਹੈ ਉਹ ਜਾਂ ਜਾਨਵਰ ਜਿਹੜਾ ਹੈ ਉਹ ਪਿਆਸ ਕਰਕੇ ਜਾਂ ਅੰਨ ਕਰਕੇ ਨਹੀਂ ਮਰਨਾ ਚਾਹੀਦਾ। ਇਹ ਮੋਰ ਨੇ ਆਖਿਆ। ਹੁਣ ਮੋਰਨੀ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਵੀ ਸਾਡੇ ਜਿਹੜਾ ਇਹ ਤੁਹਾਡਾ ਰਾਜ ਹੈ ਇਹਦੇ ਵਿੱਚ ਨਾਰੀ ਵੀ ਸ਼ਿਕਸ਼ਿਤ ਹੋਵੇ। ਜ਼ਰਾ ਗੌਰ ਕਰਨਾ ਕਿ ਨਾਰੀ ਵੀ ਗਿਆਨਵਾਨ ਹੋਵੇ, ਉਹਨੂੰ ਰੋਕਿਆ ਨਾ ਜਾਵੇ ਕਿਸੇ ਵੀ ਤਰ੍ਹਾਂ ਤੋਂ, ਕਿਉਂਕਿ ਨਾਰੀ ਜਿਹੜੀ ਹੈ ਉਹ ਆਪਣੇ ਬੱਚੇ ਦੀ ਪਹਿਲੀ ਗੁਰੂ ਹੈ ਔਰ ਉਹੀ ਉਹਨੂੰ ਰਾਹ ਦਿਖਾ ਸਕਦੀ ਹੈ, ਮਾਰਗਦਰਸ਼ਨ ਕਰ ਸਕਦੀ ਹੈ। ਗਿਆਨ ਹੀ ਹੈ ਜੋ ਮਾਰਗਦਰਸ਼ਨ ਕਰ ਸਕਦਾ ਹੈ ਗਰੀਬੀ ਤੋਂ ਬਾਹਰ ਨਿਕਲਣ ਦਾ ਜਾਂ ਕਿਸੇ ਵੀ ਮੁਸ਼ਕਲ ਤੋਂ ਹੱਲ ਲੱਭਣ ਦਾ। ਜ਼ਰਾ ਗੌਰ ਕਰੋ ਬਾਬਾ ਜੀ, ਕਿਉਂਕਿ ਗਿਆਨ ਜਿਹੜਾ ਹੈ ਉਹ ਧਨ ਹੈ ਜਿਹੜਾ ਕਦੇ ਵੀ ਤੁਸੀਂ ਗੇਨ ਕਰੋਗੇ ਨਾ, ਆਪਣੇ ਕੋਲ ਉਹਨੂੰ ਇਕੱਠਾ ਕਰੋਗੇ ਤਾਂ ਉਹ ਕਦੇ ਖਰਾਬ ਨਹੀਂ ਜਾਏਗਾ। ਜ਼ਰਾ ਗੌਰ ਕਰੋ। ਔਰ ਫਿਰ ਰਾਜੇ ਨੇ ਉਸ ਰਾਜ ਦੇ ਵਿੱਚ ਹੋਰ ਪਾਠਸ਼ਾਲਾ ਬਣਾਈਆਂ ਲੜਕੀਆਂ ਵਾਸਤੇ, ਵੀ ਲੜਕੀਆਂ ਵੀ ਜਾਣ ਲੱਗੀਆਂ। ਕਹਾਣੀ ਦਾ ਅੰਤ ਕਰਦੇ ਹੋਏ ਮਹਾਤਮਾ ਬੁੱਧ ਸਾਹਿਬ ਨੇ ਫਰਮਾਇਆ ਕਿ ਜਿਸ ਤਰ੍ਹਾਂ ਸੋਹਣੇ ਤੋਂ ਸੋਹਣਾ ਫੁੱਲ ਜਿਹੜਾ ਹੈ ਜੇ ਉਹਦੇ 'ਚ ਸੁਗੰਧ ਨਾ ਹੋਵੇ, ਖੁਸ਼ਬੂ ਨਾ ਹੋਵੇ, ਉਹ ਵਿਅਰਥ ਹੈ। ਉਸੇ ਤਰ੍ਹਾਂ ਇਨਸਾਨ ਭਾਵੇਂ ਕਿੰਨਾ ਵੀ ਸੋਹਣਾ ਹੋਵੇ, ਰੰਗ ਰੂਪ ਜਿੰਨਾ ਮਰਜ਼ੀ ਹੋਵੇ, ਉਹ ਜਿੰਨਾ ਮਰਜ਼ੀ ਵੱਡੇ ਕੁੱਲ 'ਚ ਪੈਦਾ ਹੋਇਆ ਹੋਵੇ, ਜਿੰਨਾ ਮਰਜ਼ੀ ਉਹ ਬਲਵਾਨ ਹੋਵੇ, ਗਿਆਨ ਤੋਂ ਬਿਨਾਂ, ਸ਼ਿਕਸ਼ਾ ਤੋਂ ਬਿਨਾਂ ਅਤੇ ਜੀਵ ਜੰਤੂਆਂ ਦੇ ਪ੍ਰਤੀ ਦਇਆ ਤੋਂ ਬਿਨਾਂ, ਦਇਆਵਾਨ ਜੇ ਉਹ ਨਹੀਂ ਹੈ ਤਾਂ ਫਿਰ ਉਹਦੀ ਜ਼ਿੰਦਗੀ ਵਿਅਰਥ ਹੈ। ਔਰ ਗਰੀਬੀ ਨੂੰ ਦੂਰ ਕਰਨ ਦੇ ਲਈ ਕਿਸੇ ਵੀ ਇਨਸਾਨ ਨੂੰ ਸ਼ਿਕਸ਼ਿਤ ਹੋਣਾ, ਯਾਨੀ ਕਿ ਪੜ੍ਹਿਆ ਪੜ੍ਹਾਈ ਕਰਨਾ, ਗਿਆਨਵਾਨ ਹੋਣਾ, ਗਿਆਨ ਹੋਣਾ ਕਿਸੇ ਚੀਜ਼ ਦਾ ਜ਼ਰੂਰੀ ਹੈ। ਜਿੱਦਾਂ ਕਹਿੰਦੇ ਉਹ ਗਿਆਨ ਫਿਰ ਬਾਅਦ 'ਚ ਸਕਿੱਲ ਬਣ ਜਾਂਦਾ ਹੈ ਬਾਬਾ ਜੀ। ਗਰੀਬੀ ਨੂੰ ਦੂਰ ਕਰਨ ਵਾਸਤੇ ਇਹ ਚੀਜ਼ ਬੜੀ ਜ਼ਰੂਰੀ ਹੈ ਜੋ ਮਹਾਤਮਾ ਬੁੱਧ ਸਾਹਿਬ ਨੇ ਫਰਮਾਈ। ਵਿੱਦਿਆ ਜਿਹੜਾ ਬਾਅਦ ਵਿੱਚ ਗਿਆਨ ਜਿਹੜਾ ਹੈ ਜਿਹੜਾ ਸਕਿੱਲ ਬਣ ਜਾਂਦਾ ਹੈ, ਅਤੇ ਕੁਦਰਤ ਦੇ ਪ੍ਰਤੀ ਦਇਆਵਾਨ ਹੋਣਾ ਬਹੁਤ ਜ਼ਰੂਰੀ ਹੈ ਬਾਬਾ ਜੀ। ਇਹਦੇ ਇਹ ਦੋਨਾਂ ਚੀਜ਼ਾਂ ਨਾਲ ਕੁਦਰਤ ਦੀ ਦਇਆ ਹੁੰਦੀ ਹੈ, ਯੂਨੀਵਰਸ ਦੀ ਵੀ ਨਜ਼ਰ ਹੁੰਦੀ ਹੈ, ਉਹ ਪੋਜ਼ਿਟਿਵ ਐਨਰਜੀ ਤੁਹਾਨੂੰ ਮਿਲਦੀ ਹੈ ਜਿਹਦੇ ਨਾਲ ਤੁਹਾਡਾ ਆਤਮ ਵਿਸ਼ਵਾਸ ਵੱਧਦਾ ਹੈ ਔਰ ਤੁਹਾਡੇ ਅੰਦਰ ਦੀਆਂ ਲੁਕੀਆਂ ਹੋਈਆਂ ਖੂਬੀਆਂ, ਜਿੱਦਾਂ ਉਸ ਪੰਡਿਤ ਕੋਲ ਗਿਆਨ ਸੀ ਪਰ ਉਹ ਗਿਆਨ ਸਹੀ ਰਸਤੇ ਨਹੀਂ ਲਾ ਪਾ ਰਿਹਾ ਸੀ ਤਾਂ ਉਹ ਆਤਮ ਵਿਸ਼ਵਾਸ ਨਹੀਂ ਉਹਦੇ 'ਚ, ਉਹ ਖਤਮ ਹੋ ਚੁੱਕਾ ਸੀ, ਉਹ ਵਿਸ਼ਵਾਸ ਦੁਬਾਰਾ ਜਾਗਿਆ ਕੁਦਰਤ ਕਰਕੇ, ਉਹ ਜੀਵ ਜੰਤੂਆਂ ਕਰਕੇ, ਪਸ਼ੂ ਪਕਸ਼ੀਆਂ ਕਰਕੇ। ਇਸ ਲਈ ਉਸ ਖੁਦਾ ਦੇ ਬਣਾਏ ਜੀਵ ਜੰਤੂਆਂ ਪ੍ਰਤੀ ਜੇ ਦਇਆਵਾਨ ਹੋ ਤੁਸੀਂ ਸ਼ਿਕਸ਼ਾ ਵੱਲ ਤੁਰ ਰਹੇ ਹੋ, ਕੋਈ ਗਿਆਨ ਲੈ ਰਹੇ ਹੋ, ਤਾਂ ਉਹ ਕਦੇ ਵੀ ਵਿਅਰਥ ਨਹੀਂ ਜਾਏਗਾ ਤੁਸੀਂ ਜ਼ਿੰਦਗੀ 'ਚ। ਗਰੀਬੀ ਜਿਹਦੇ ਕੋਲ ਹੈ ਨਾ ਉਹਦੇ ਤੋਂ ਪਾਰ ਲੰਘ ਕੇ ਰਹੇਗਾ ਉਹ ਇਨਸਾਨ ਜਿਹਦੇ ਕੋਲ ਗਿਆਨ ਹੈ। ਔਰ ਇਹ ਗੱਲਾਂ ਕਿਸੇ ਐਵੇਂ ਇਨਸਾਨ ਨੇ ਨਹੀਂ ਫਰਮਾਈਆਂ ਕਿ ਉਹਨੇ ਉਹ ਤੁਰਦੇ ਫਿਰਦੇ ਲਿਖ ਦਿੱਤੀਆਂ, ਇਹ ਗੱਲਾਂ ਮਹਾਤਮਾ ਬੁੱਧ ਸਾਹਿਬ ਨੇ ਫਰਮਾਈਆਂ। ਸੋ ਇਹ ਗੱਲ ਯਾਦ ਰੱਖੋ ਬਾਬਾ ਜੀ, ਗਿਆਨ ਸਕਿੱਲ ਨੌਲੇਜ ਜਿਹੜਾ ਹੈ ਉਹ ਕਦੇ ਵੀ ਵਿਅਰਥ ਨਹੀਂ ਜਾਂਦਾ ਔਰ ਤੁਹਾਡੇ ਤੋਂ ਕੋਈ ਉਹ ਖੋਹ ਨਹੀਂ ਸਕਦਾ। ਜੇ ਤੁਹਾਡੇ ਕੋਲੋਂ ਲੈਣਾ ਹੈ ਤਾਂ ਮੁੱਲ ਦੇਣਾ ਹੀ ਪੈਣਾ ਹੈ। ਇਸ ਗੱਲ ਨੂੰ ਯਾਦ ਰੱਖੋ ਬਾਬਾ ਜੀ। ਸੋ ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਮਾਲਕ ਤੁਹਾਡੇ ਖੁਸ਼ੀਆਂ ਭਰੇ ਹੱਥ ਰੱਖਣ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬਲੀ ਜੀ, ਓਮ ਬੁਧਾਏ ਨਮਹ।